ਖਾਤਰੀਆ ਗਾਲਜੀ ਸਾਰਿਆਂ ਨੂੰ ਤਰਸੇਮ ਜੱਸੜ ਦਾ ਡ੍ਰੀਮ ਪ੍ਰੋਜੈਕਟ ਮਸਤਾਨੇ ਜਿਸ ਦਾ ਟੀਜ਼ਰ ਤੁਸੀਂ ਸਭ ਨੇ ਦੇਖ ਲਿਆ ਹੋਣਾ ਜੋ ਇੱਕ ਸੱਚੀ ਘਟਨਾ ਤੇ ਆਧਾਰਿਤ ਹੈ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਇਹ ਫਿਲਮ ਇਤਿਹਾਸ ਦੇ ਕਿਹੜੇ ਸੁਨਹਿਰੀ ਪੰਨਿਆਂ ਵਿੱਚੋਂ ਲਈ ਗਈ ਆ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਦੋ ਅਫਗਾਨ ਦੇ ਰਾਜੇ ਜਿਨ੍ਹਾਂ ਨੇ ਹਿੰਦੁਸਤਾਨ ਉੱਤੇ ਕਈ ਹਮਲੇ ਕੀਤੇ ਤੇ ਹਰ ਇੱਕ ਹਮਲੇ ਵਿੱਚ ਉਹਨਾਂ ਨੇ ਬਹੁਤ ਸਾਰੀ ਦੌਲਤ ਤੇ ਦੌਲਤ ਦੇ ਨਾਲ-ਨਾਲ ਦਿੱਲੀ ਦੀਆਂ ਔਰਤਾਂ ਉਹਨਾਂ ਨੂੰ ਵੀ ਆਪਣੇ ਨਾਲ ਬੰਦੀ ਬਣਾ ਲੈਂਦੇ ਸੀ ਤੇ ਆਪਣੇ ਨਾਲ ਅਫਗਾਨਿਸਤਾਨ ਲੈ ਜਾਂਦੇ ਸੀ। ਇਸ ਫਿਲਮ ਵਿੱਚ ਜੋ ਦਿਖਾਇਆ ਗਿਆ ਉਹ ਦਿਖਾਇਆ ਗਿਆ ਨਾਦਰ ਸ਼ਾ। ਨਾਦਰ ਸ਼ਾ ਪਹਿਲਾਂ ਸੀ ਉਹ ਤੋਂ ਬਾਅਦ ਅਹਿਮਦ ਸ਼ਾ ਬਤਾਲੀ ਸੀ। ਹੁਣ ਹੁੰਦਾ ਕੀ ਆ ਨਾਦਰ ਸ਼ਾ ਦਿੱਲੀ ਤੇ ਹਮਲਾ ਕਰਦਾ। ਦਿੱਲੀ ਤੇ ਹਮਲਾ ਕਰਕੇ ਉਥੋਂ ਬਹੁਤ ਸਾਰੀ ਦੌਲਤ ਲੁੱਟ ਕੇ ਤੇ ਔਰਤਾਂ ਨੂੰ ਬੰਦੀ ਬਣਾ ਕੇ ਜਦ ਉਹ ਵਾਪਸ ਅਫਗਾਨਿਸਤਾਨ ਜਾਂਦਾ ਤਾਂ ਉਹਨੂੰ ਪੰਜਾਬ ਦੇ ਵਿੱਚ ਦੀ ਹੀ ਜਾਣਾ ਪੈਂਦਾ ਸੀ। ਤੇ ਉਹਨਾਂ ਸਮਿਆਂ ਦੌਰਾਨ ਪੰਜਾਬ ਦੇ ਜੰਗਲਾਂ ਵਿੱਚ ਖਾਲਸਾ ਜਵਾਨ ਹੋ ਰਿਹਾ ਸੀ ਤਾਂ ਜਦ ਨਾਦਰ ਸ਼ਾਹ ਪੰਜਾਬ ਦੇ ਵਿੱਚ ਰੁਕਦਾ ਜਦ ਕਿਤੇ ਰਾਤ ਪੈਂਦੀ ਕਿਤੇ ਉਹ ਆਪਣੇ ਤੰਬੂ ਲਾ ਕੇ ਰੁਕਦਾ ਤਾਂ ਖਾਲਸਾਈ ਜੋਦੇ ਉਹਨਾਂ 'ਤੇ ਹਮਲਾ ਕਰ ਦਿੰਦੇ ਉਹਨਾਂ ਦੀ ਦੌਲਤ ਲੁੱਟ ਲੈਂਦੇ ਤੇ ਔਰਤਾਂ ਨੂੰ ਵੀ ਛੜਾ ਲੈਂਦੇ ਨਾਦਰ ਸ਼ਾਹ ਨੂੰ ਇਸ ਗੱਲ ਨੇ ਬਹੁਤ ਪਰੇਸ਼ਾਨ ਕੀਤਾ ਤੇ ਉਹਨੇ ਪਤਾ ਲਗਾਇਆ ਕਿ ਇਹ ਕੌਣ ਲੋਕ ਨੇ ਜੋ ਮੈਥੋਂ ਡਰਦੇ ਨਹੀਂ ਤੇ ਮੇਰੇ ਉੱਤੇ ਹਮਲਾ ਕਰਦੇ ਨੇ ਤੇ ਲੁੱਟ ਕੇ ਲੈ ਜਾਂਦੇ ਨੇ ਇੱਥੇ ਇਹ ਗੱਲ ਗੌਰ ਕਰਨ ਵਾਲੀ ਆ ਕਿ ਨਾਦਰ ਸ਼ਾ ਉਸ ਵੇਲੇ ਏਸ਼ੀਆ ਦਾ ਸਭ ਤੋਂ ਵੱਡਾ ਰਾਜਾ ਸੀ ਤੇ ਉਸ ਦੀ ਫੌਜ ਬਹੁਤ ਹੀ ਤਾਕਤਵਰ ਮੰਨੀ ਜਾਂਦੀ ਸੀ ਜੋ ਹੁਣ ਕੁਛਕ ਯੋਧੇ ਜੋ ਜੰਗਲਾਂ ਵਿੱਚ ਰਹਿੰਦੇ ਨੇ ਉਹਨਾਂ ਤੋਂ ਡਰੀ ਬੈਠੀ ਸੀ ਤੇ ਉਦੋਂ ਤੱਕ ਉਹ ਸੁੱਖ ਤੇ ਸਾਂਹ ਹੀ ਲੈਂਦੀ ਸੀ ਜਦੋਂ ਤੱਕ ਉਹ ਪੰਜਾਬ ਨੂੰ ਪਾਰ ਨਾ ਕਰ ਜਾਣ ਜਾਂਦਾ ਹੋਇਆ ਨਾਦਰ ਸ਼ਾ Lahore دے صوبے دار Zakaria Khan جس نو Khan Bahadur وی کہے جاندہ سی اونوں کہے گیا کی او چاہندا ہے کی Zakaria Khan ਸਿੱਖਾਂ ਦਾ ਖਾਤਮਾ ਕਰ ਦੇਵੇ تے اس ਤੋਂ ਬਾਅਦ ਇਸੇ ਹੁਕਮ ਦੇ ਉਨ ਧਿਆਨ ਚ ਰੱਖਦੇ ਹੋਏ Zakaria Khan ਸਿੱਖਾਂ ਉੱਤੇ ਜ਼ਬਰਦਸਤਨਾ ਸ਼ੁਰੂ ਕਰ ਦਿੰਦਾ ਹੈ ਤੇ ਐਸੇ ਦਰਾਂਨ ਉਹ ਕਈ ਸਿੱਖ ਯੋਧਿਆਂ ਨੂੰ ਗ੍ਰਿਫਤਾਰ ਕਰ ਲੈਂਦਾ ਤੁਸੀਂ ਫਿਲਮ ਦਾ ਟੀਜ਼ਰ ਦੇਖਿਆ ਉਹਦੇ ਵਿੱਚ ਦਿਖਾਇਆ ਗਿਆ ਹੈ ਕਿ ਜਿਵੇਂ ترਸੀਮ ਜੱਸੜੂਹੜਾ ਨੂੰ ਹੱਥਕੜੀਆਂ ਲੱਗੀਆਂ ਹੋਈਆਂ ਹਨ ਤਾਂ ਉਹਨਾਂ ਨੂੰ ਕਿਸੇ ਰਾਜੇ ਦੇ ਅੱਗੇ ਪੇਸ਼ ਕੀਤਾ ਜਾ ਰਿਹਾ ਹੈ ਸ਼ਾਇਦ ਇਹ ਉਸ ਉਹੀ ਘਟਨਾ ਦਿਖਾਈ ਜਾਂ ਗਈ ਹੋਵੇ ਕਿ ਜਦੋਂ ਜਕਰੀਆ ਖਾਨ ਨੇ ਕੁਝ ਸਿੱਖ ਜੋਧਿਆਂ ਨੂੰ ਗ੍ਰਿਫਤਾਰ ਕਰਾਇਆ ਤਾਂ ਉਸ ਤੋਂ ਬਾਅਦ ਕੀ ਹੋਇਆ ਮੈਨੂੰ ਲੱਗਦਾ ਜੇ ਤੱਕ ਮੈਨੂੰ ਲੱਗ ਰਿਹਾ ਹੈ ਇਹ ਫਿਲਮ ਉਸੇ ਚੀਜ਼ ਉੱਤੇ ਹੀ ਆਧਾਰਿਤ ਹੈ ਬਾਕੀ ਪਤਾ ਲੱਗਣਾ ਫਿਲਮ ਦੇ ਆਉਣ ਤੋਂ ਬਾਅਦ ਕਿ ਅਸਲ ਸਟੋਰੀ ਕੀ ਆ ਦੋਸਤੋ ਏਸੀ ਆਪਣੀ ਵੀਡੀਓ ਅਗਲੀ ਵੀਡੀਓ ਲੈ ਕੇ ਛੇਤੀ ਹਾਜ਼ਰ ਹੋਣੇ ਆ ਉਦੋਂ ਤੱਕ ਲਈ ਧੰਨਵਾਦ